ਵਾਪਰੀ ਸੀਗੀ ਬੱਚੀ ਦੇ ਨਾਲ, ਸਾਨੂੰ ਪਤਾ ਬਹੁਤ ਦੁਖਦਾਈ ਸੀਗੀ। ਉਹਦੇ ਵਿੱਚ ਮੈਨੇਜਮੈਂਟ ਦਾ ਵੀ ਸਾਨੂੰ ਪੂਰਾ ਸਹਿਯੋਗ ਰਿਹਾ, ਪਰਿਵਾਰ ਦਾ ਤਾਂ ਹੈ ਹੀ ਹੈ, ਅਤੇ ਸਾਰੇ ਸ਼ਹਿਰ ਨਿਵਾਸੀਆਂ ਨੇ ਵੀ ਸਾਨੂੰ ਪੂਰਾ ਉਹਦੇ 'ਚ ਪੁਰਜ਼ੋਰ ਜਿਹੜਾ ਹੈਗਾ ਸਹਿਯੋਗ ਦਿੱਤਾ। ਉਹ ਕੇਸ ਨੂੰ ਵੀ ਆਪਾਂ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਟੂ ਕੋਰਟ ਵੀ ਕਰਤਾ ਸੀਗਾ, ਬਹੁਤ ਤੇਜ਼ੀ ਦੇ ਨਾਲ ਆਪਾਂ ਕੀਤਾ ਸੀਗਾ। ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਦੀਆਂ ਪ੍ਰੋਸੀਡਿੰਗਸ ਵੀ ਬਹੁਤ ਤੇਜ਼ ਚੱਲ ਰਹੀਆਂ ਨੇ। ਆ ਵਿਚਕਾਰ ਇੱਕ ਮਹੀਨਾ ਛੁੱਟੀਆਂ ਆਈਆਂ ਸੀ ਕੋਰਟ ਦੇ ਵਿੱਚ, ਤਾਂ ਉਹ ਥੋੜ੍ਹਾ ਲੇਟ ਸਟਾਰਟ ਹੋਇਆ, ਨਹੀਂ ਜੱਜ ਸਾਹਿਬ ਨੇ ਪਹਿਲਾਂ ਹੀ ਫੈਸਲਾ ਕਰ ਦੇਣਾ ਸੀਗਾ। ਹੁਣ ਉਹ ਜਿਹੜਾ ਹੈਗਾ ਇਹ ਆਲਰੇਡੀ ਸੈਸ਼ਨ ਜੱਜ ਸਾਹਿਬ ਦੀ ਕੋਰਟ 'ਚ ਚੱਲ, ਉਹ ਫੈਸਲਾ ਚੱਲ ਰਿਹਾ, ਛੋਟੀਆਂ ਡੇਟਸ ਮਿਲ ਰਹੀਆਂ ਨੇ, ਉਹ ਜਲਦੀ ਫੈਸਲਾ ਹੋ ਜਾਣਾ। ਰਹੀ ਸਕੂਲ ਨੂੰ ਖੁੱਲ੍ਹਣ ਦੀ ਗੱਲ, ਠੀਕ ਹੈ ਜੀ, ਉਹ ਕੁਛ ਇਹਨਾਂ ਦੇ ਇਸ਼ੂ ਸੀਗੇ ਰਿਗਾਰਡਿੰਗ ਸੇਫਟੀ ਕਿ ਜੀ ਪਹਿਲਾਂ ਜੇ ਇਸ ਦੇ ਵਿੱਚ ਕੁਛ ਇਸ਼ੂ ਸੀਗੇ, CCTV ਨਹੀਂ ਚੱਲਦਾ ਸੀਗਾ, ਉਹ ਨਹੀਂ ਸੀਗਾ, ਉਹ ਚੀਜ਼ਾਂ ਹੁਣ ਵੀ ਨੇ। ਤਾਂ ਉਹ ਚੀਜ਼ਾਂ ਤੋਂ ਹੋ ਕੇ ਕੁਛ ਪੇਰੈਂਟਸ ਇਹਨਾਂ ਦੇ ਬਾਕੀ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਆਏ ਸੀਗੇ, ਉਹਨਾਂ ਨੂੰ ਅਸੀਂ ਸਮਝਾ ਦਿੱਤਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਟੇਕ ਕੇਅਰ ਕੀਤਾ ਜਾਊਗਾ, ਜੋ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ। ਆਪਦੇ 10 ਦਿਨਾਂ ਦਾ ਟਾਈਮ ਹੈ, ਗਰਮੀ ਵੀ ਹੈਗੀ ਹੈ, ਜਿਸ ਤਰ੍ਹਾਂ ਹੋਰ ਦਿੱਲੀ ਦੇ ਵਿੱਚ ਵੀ ਹੋਇਆ, ਹਰਿਆਣੇ 'ਚ ਵੀ ਹੋਇਆ। ਛੋਟੇ ਬੱਚੇ ਨੇ, ਵੱਡਾ ਸਕੂਲ ਇਹਨਾਂ ਦਾ ਚੱਲੂਗਾ, ਕਿਉਂਕਿ ਇਹ LKG UKG ਦੇ ਬੱਚੇ ਨੇ, ਤਾਂ ਸਨਸਟ੍ਰੋਕ ਵਗੈਰਾ ਹੋਰ ਚੀਜ਼ਾਂ ਵੀ, ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਕੂਲ ਨੂੰ ਜਿਹੜਾ ਹੈਗਾ 15 ਤਰੀਕ ਤੋਂ, ਸੋਮਵਾਰ ਹੈ ਉਸ ਦਿਨ ਤੋਂ ਇਹ ਸਟਾਰਟ ਕਰਨਗੇ। ਜੋ ਵੀ ਉਹਦੇ ਸੇਫਟੀ ਮੈਜਰਸ ਲੈਣੇ ਨੇ, ਨਾਲ ਨਾਲ ਇਹ ਠੀਕ ਕਰਾ ਕੇ ਆਪਣਾ ਸਕੂਲ ਨੂੰ ਚਲਾਉਣਗੇ। ਉਹਦੇ ਵਿੱਚ ਪੇਰੈਂਟਸ ਨੇ ਕਿਹਾ ਕਿ ਇਹ ਸਕੂਲ ਜਿਹੜਾ ਹੈਗਾ ਉਦੋਂ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਆਊਗੀ, ਸਕੂਲ ਨੂੰ ਖੋਲ੍ਹੋ ਚਲਾਓ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਉਹਨਾਂ ਚਿਰ ਜਿਹੜਾ ਹੈਗਾ ਸਕੂਲ ਇਹ ਬੰਦ ਰਹੇ, ਠੀਕ ਹੈ। ਬਿਊਰੋ ਰਿਪੋਰਟ, ਆਵਾਜ਼ ਦੀ ਕੰਮ TV।